ਸਬਜ਼ੀ ਮੈਂ ਬਣਾ ਲਈ ਆ ਛੋਲਿਆਂ ਦੀ, ਆਹ ਵੀ ਨਾਲ ਬਣਾ ਲਈ ਭਿੰਡੀਆਂ ਦੀ। ਮੈਂ ਦੀਦੀ ਵਿਚਾਰੇ ਲੰਮੇ ਪਏ ਹੋਣੇ ਆ, ਚੱਲ ਉਹਨਾਂ ਨੂੰ ਮੈਂ ਕੀ ਠਾਉਣਾ ਵਾ, ਰੋਟੀ ਪਾਣੀ ਤਾਂ ਅੱਗੇ ਵੀ ਮੈਂ ਹੀ ਬਣਾਉਣੀ ਆ, ਹੁਣ ਵੀ ਮੈਂ ਚੱਲ ਮੈਂ ਬਣਾ ਦਿੰਦੀ ਹਾਂ। ਦੀਦੀ ਵਿਚਾਰੇ ਬਹੁਤ ਚੰਗੇ ਆ, ਐਵੇਂ ਨਿੱਕੀ ਨਿੱਕੀ ਗੱਲ ਤੋਂ ਮੁੜ ਕੇ ਕਹੀ ਜਾਣਾ ਉਹਨਾਂ ਨੂੰ। ਅੱਜ ਦੀਦੀ ਕਿ ਜਾਂ ਉਹਨਾਂ ਨੂੰ ਬਾਜ਼ਾਰ ਘਲਾਉਣੀ, ਵੀ ਦੀਦੀ ਕੁਛ ਖਾਣ ਨੂੰ ਬੱਚਿਆਂ ਲਈ ਲਈ ਜਾਓ, ਚੀਜ਼ ਚੂਜ ਲੈਣੇ ਬੱਚੇ, ਚੀਜ਼ ਚੀਜ਼ ਕਰਦੇ ਆ, ਮੈਂ ਦੀਦੀ ਨੂੰ ਘਲਾਉਣੀ ਆ। ਦੀਦੀ ਠੰਡਾ ਹੋਇਆ ਜਾ ਕੇ ਫਰੂਟ ਫਰਾਟ ਜੇ ਲੈ ਆਓ। ਕਰਨ ਕੀ ਕਰਨ ਦੇ ਆ? ਕੋਈ ਨੀ ਦੀਦੀ ਜੀ, ਬਸ ਕੰਮ ਹੀ ਕਰਨ ਦੇ। ਅੱਛਾ, ਹਾਂਜੀ, ਕੀ ਕਰੀ ਜਾਂਦੀ? ਤੁਸੀਂ ਕਰਨ ਦੇ? ਮੈਂ ਕੁਛ ਨੀ, ਲੰਮੇ ਪਈ ਹਾਂ। ਮੈਂ ਤਾਂ ਹੀ, ਮੈਂ ਕਿਹਾ ਦੀਦੀ ਸੁੱਤੇ ਆ, ਚੱਲ ਕੀ ਠਾਉਣਾ, ਸਬਜ਼ੀ ਬਣਾਉਣੀ ਮੈਂ ਬਣਾ ਲਈ। ਦੀਦੀ ਆਟਾ ਵੀ ਗੋਲ ਕੀ ਲੈ ਬਣਾਈ ਆ ਜੀ? ਮੈਂ ਛੋਲੇ ਸਬਜ਼ੀ ਤੇ ਨਾਲ ਭਿੰਡੀਆਂ। ਅੱਛਾ ਅੱਛਾ, ਹਾਂ ਚਲੋ ਮੈਨੂੰ ਪਸੰਦ ਆ, ਉਹ ਨਾਲ ਭਿੰਡੀਆਂ ਵਧੀਆ ਲੱਗਦੀਆਂ। ਦੀਦੀ ਪਾਣੀ ਪੀਣਾ ਜੀ? ਦੇ ਦੇ ਘੁੱਟ ਕੁ ਪੀ ਲਓ। ਮੇਰਾ ਇਰਾਦਾ ਹੀ ਨਿੰਬੂ ਪਾਣੀ ਬਣਾਉਣ ਦਾ, ਮੈਂ ਬਣਾਈਏ ਪੀ ਇਹਨਾਂ ਕੋਲ। ਆਹੋ, ਥੋੜਾ ਥੋੜਾ ਪੀ ਲੈਂਦੇ ਆ, ਗਰਮੀ ਆ ਨਾ, ਗਰਮੀ ਪੈਣ ਹੀ ਬੜੀ ਰਹੀ ਆ, ਬੜੀ ਗਰਮੀ ਪੈਣ ਦੀ। ਮੈਂ ਚੱਲ ਦੀਦੀ ਪਏ ਆ, ਸਬਜ਼ੀ ਤਾਂ ਰੋਜ਼ ਮੈਂ ਹੀ ਬਣਾਉਣੀ ਆ, ਤੇ ਮੈਂ ਬਣਾ ਲੈਂਦੀ ਕੀ ਠਾਉਣਾ ਵਾ। ਫੁਲਕੇ ਜਦੋਂ ਲਾਉਣੇ ਹੋਏ ਮੈਂ ਉਦੋਂ ਠਾ ਲੂੰਗੀ, ਦੀਦੀ ਨੂੰ ਕੋਲ ਫੜਾ ਦੇਣਗੇ। ਤੇ ਚੱਲ ਆ ਜਾ, ਹਮੇ ਨਾ ਆਪਾਂ ਗੱਲ ਕਰਨੀ ਇੱਕ, ਕੋਈ ਸੁੱਖ ਸਲਾਹ ਨਹੀਂ? ਹਾਂ, ਨਹੀਂ ਨਹੀਂ ਬਹੁਤ ਵਧੀਆ ਵਾ, ਸੁੱਖ ਦੀ ਆ। ਅੱਛਾ, ਹਾਂਜੀ, ਮੇਰੇ ਨਾ ਨਿਕਲੇ ਪੇਪਰ ਜੇ ਜੋਬ ਦੇ, ਤੇ ਮੈਂ ਚੱਲ ਤੇਰੇ ਨਾਲ ਗੱਲ ਕਰਕੇ। ਹਾਂ, ਜੋਬ ਕਾਹਦੀ ਨਿਕਲ ਆਈ ਜੀ? ਆਹੀ ਸਰਕਾਰੀ ਸਕੂਲੇ। ਚਲੋ ਸ਼ੁਕਰ ਹੈ ਮਹਾਰਾਜ ਦਾ। ਤੇ ਮੈਂ ਅੱਖ ਨਹੀਂ ਚਲਦੀ ਗੱਲ ਕਰਕੇ, ਤੇ ਫੇਰ ਹੀ ਕਰਮੋ ਨਾਲ ਗੱਲ ਕਰ ਲੈਨੀ ਆ। ਨਹੀਂ ਦੀਦੀ, ਮੇਰੇ ਨਾਲ ਦੱਸ ਕਿਹੜੀ ਗੱਲ ਕਰਨੀ, ਮੈਂ ਤਾਂ ਸ਼ੁਕਰ ਕਰਦੀ ਹਾਂ। ਪੁੱਛ ਕੇ ਹੀ ਆ, ਫਿਰ ਘਰ ਦਾ ਕਰੇਂਗੀ ਤੇ ਫਿਰ ਮੈਂ ਜਾਣਾ ਵਾ ਘਰ ਦਾ ਕੰਮ। ਨਹੀਂ ਮੈਂ ਅੱਗੇ ਵੀ ਕਰਦੀ ਆ ਤੁਹਾਨੂੰ, ਮੈਂ ਕਦੀ ਟੈਨਸ਼ਨ ਦਿੱਤੀ? ਦੱਸ ਦੋ, ਮੈਂ ਕਦੀ ਵੀ ਟੈਨਸ਼ਨ। ਉਹੀ ਤਾਂ ਹੀ ਫਿਰ ਪੜ੍ਹਾਈ ਜਿਹਦਾ ਕਰਕੇ ਤੇ ਹੁਣ ਨਿਕਲ ਆਏ ਪੇਪਰ। ਅੱਛਾ, ਤੇ ਮੈਂ ਨਾ ਪੁੱਛ ਲਈ ਆ, ਆਹੀ ਬੱਚੇ ਸਕੂਲੇ ਪੜਾਉਣੇ ਆ। ਅੱਛਾ ਅੱਛਾ, ਬੱਚੇ ਪੜਾਉਣੀ ਆ ਨਾ। ਅੱਛਾ, ਤੇ ਮੈਂ ਕਿਹਾ ਚੱਲ ਪੁੱਛਦੀ ਵੀ ਘਰ ਦਾ, ਫਿਰ ਕਿਉਂ ਮੈਂ ਥੱਕੀ ਆਉਣਾ, ਸਵੇਰੇ ਤੜਕੇ ਜਾਣਾ ਪੈਂਦਾ ਵਾ, ਸ਼ਾਮ ਨੂੰ ਆਉਣਾ, ਫਿਰ ਤੈਨੂੰ ਕੰਮ ਇਕੱਲੀ ਨੂੰ ਪੈ ਜਾਣਾ ਸਾਰਾ ਕਰਨਾ। ਨਹੀਂ ਕੋਈ ਨੀ ਦੀਦੀ, ਮੈਂ ਪਤਾ ਕੀ, ਸਵੇਰੇ ਥੋੜਾ ਬਹੁਤਾ, ਚੱਲ ਮੈਂ ਸਵੇਰੇ ਤੇ ਤੜਕੋ ਹੋਇਆ ਨੀ ਕਰਨਾ, ਕਿਉਂਕਿ ਤੁਹਾਨੂੰ ਆਪਣੀ ਤਿਆਰੀ ਹੋਇਆ ਕਰਨੀ ਜਾਣ ਦੀ, ਹਨਾ। ਸ਼ਾਮਾਂ ਨੂੰ ਕਰਾ ਦਿਆ ਕਰੋ, ਕੋਈ ਨੀ, ਮੈਂ ਸਵੇਰੇ ਥੋੜਾ ਜਿੱਥੇ ਪਹਿਲਾਂ ਲੇਟ ਉੱਠ, ਥੋੜਾ ਲੇਟ ਉੱਠ ਪਿਆ, ਪਹਿਲਾਂ ਉੱਠ ਪਿਆ ਕਰੂੰਗੀ ਲੇਟ ਉੱਠ ਕੇ, ਹਨਾ। ਤੇ ਕੋਈ ਨੀ, ਵੀ ਚੱਲ ਘਰ ਦੇ ਆਪਣਾ ਸਾਂਝਾ ਹੀ ਆ ਉਹ, ਚੱਲ ਇੱਕ ਜਾਣੀ ਘਰੇ ਵੀ ਦੋਵਾਂ ਕੀ ਕਰਨਾ, ਕੰਮ ਘਰੇ ਵੀ ਕਰੇ ਵੀ ਕਰ ਲੈਣਾ, ਦੋਵਾਂ ਨੇ ਵੀ ਕਰ ਲੈਣਾ। ਪੂਰੇ ਹੁੰਦੇ, ਮੈਂ ਸਗੋਂ ਕਹਿਣਾ ਸੀ ਬੱਚੇ ਚੀਜ਼ ਮੰਗਣ ਦੇ, ਮੈਂ ਤੁਸੀਂ ਜਾਓ ਹਾਂ ਬਾਜ਼ਾਰ, ਠੰਡਾ ਹੈ ਤੇ ਫਰੂਟ ਲੈ ਆਵਾਂ। ਲੈ ਆਉਂਦੇ, ਕੋਈ ਨੀ, ਮੈਂ ਜਾਂਦੀ ਐਕਟਿਵਾ ਤੇ ਘੜੀ ਨੂੰ, ਹਾਂ, ਤੇ ਲੈ ਆਉਂਦੀ ਆ। ਕੀ ਲੈਣਾ, ਫਰੂਟ ਕਿਹੜੇ ਖਾਣੇ? ਕੋਈ ਨੀ, ਮੈਂ ਨੀ ਖਾਣੇ, ਬੱਚਿਆਂ ਲਈ ਲੈ ਆਇਓ ਜੋ ਵੀ ਖਾਣਾ, ਤੁਹਾਨੂੰ ਪਤਾ ਹੀ ਆ ਬੱਚੇ ਕੀ ਚੀਜ਼ਾਂ ਪਸੰਦ ਕਰਦੇ, ਹਨਾ, ਉਹ ਵੀ ਲੈ ਆਇਆ। ਆ ਗਰਮੀ ਆ, ਮੈਂਗੋ ਮੂੰਗੋ ਤਾਂ ਨਹੀਂ ਵਧੀਆ ਗਰਮੀ 'ਚ? ਨਹੀਂ ਦੀਦੀ, ਉਹ ਗਰਮ ਬੜੇ ਹੁੰਦੇ, ਉਹ ਜੂਸ ਬਣਾ ਲਾਂਗੇ, ਕੇਲੇ ਲੈ ਆਉਂਗੀ। ਹਾਂ, ਬਣਾਉਣਾ, ਆਹੋ ਜੂਸ, ਹਾਂ, ਬਨਾਨਾ ਲੈ ਕੇ ਆਉਂਦੇ, ਉਹਦਾ ਜੂਸ ਬਣਾ ਲਾਂਗੇ ਆਪਾਂ ਸ਼ਾਮ ਨੂੰ। ਦੀਦੀ ਵਾਟਰਮੈਲਨ ਲੈ ਆਓ, ਦੁੱਧ ਥੋੜਾ ਵੱਧ ਰੱਖ ਲਈ, ਦੁੱਧ ਇਹਨੂੰ ਘੱਟ ਪਾਇਓ। ਨਹੀਂ ਮੈਂ ਕੋਈ ਨਹੀਂ ਰੱਖ ਲਊ, ਤੁਸੀਂ ਨਾ ਕੰਮ ਦੀ ਨਾ ਟੈਨਸ਼ਨ ਲੈ, ਤੂੰ ਆਪਣੀ ਨੌਕਰੀ ਦੀ ਕਰੋ। ਮੈਂ ਤਾਂ ਨਹੀਂ, ਸ਼ੁਕਰ ਆ ਬੱਚਿਆਂ ਦੇ ਖਰਚੇ ਨਹੀਂ ਪੂਰੇ ਹੁੰਦੇ, ਚਲ ਇੱਕ ਜਣਾ ਨੌਕਰੀ ਕਰੂਗਾ, ਘਰ ਤਾਂ ਮੈਂ ਅੱਗੇ ਵੀ ਸਾਂਭੀ ਜਾਣੀ। ਕੋਈ ਨਾ, ਥੱਕ ਜਾਈਦਾ, ਮੈਂ ਵੀ ਤਾਂ ਹੀ ਸੋਚਣਦੀ ਵੀ ਜੇ ਤੇ ਨਾਲ ਘਰ ਦਾ ਕੰਮ ਵੀ ਕਰੀਏ ਤੇ ਨੌਕਰੀ, ਫਿਰ ਉਹ ਥੱਕ ਜਾਈਦਾ ਕਿ ਕੰਮ ਤੇ ਨਹੀਂ ਹੁੰਦਾ। ਚਲ ਥੋੜਾ ਬਹੁਤ ਮੈਂ ਕਰਾਇਆ ਵੀ ਕਰੂ ਇਹਦੇ ਮਹੀਨੇ, ਚਲ ਮੈਂ ਕਿਹੜਾ ਵੇਲੀ ਬਹਿਣਾ, ਰਲ ਮਿਲ ਕੇ ਹੀ ਆ। ਚਲ ਸ਼ਾਮਾਂ ਨੂੰ ਕਰਾ ਦਿਆ ਕਰੋ, ਸਵੇਰੇ ਨਹੀਂ ਮੈਂ ਆਉਂਦੀਗੀ। ਤੇ ਦੀਦੀ ਫਿਰ ਰੋਟੀ ਰਾਟੀ ਤੁਸੀਂ ਟਿਫਨ ਨਾਲ ਲੈ ਕੇ ਜਾਇਆ ਕਰੋ? ਆਹੋ, ਨਾਲ ਟਿਫਨ ਨਾਲ ਜਾਇਆ ਕਰੂਗਾ ਫਿਰ। ਅੱਛਾ ਅੱਛਾ, ਇੰਟਰਵਿਊ ਆ। ਅੱਛਾ, ਤੇ ਫਿਰ ਮੈਂ ਤਿਆਰ ਹੋ ਲਾਂ ਤੇ ਤੂੰ ਬਣਾ ਲੈ ਜਾਣਾ ਜੀ? ਬਸ 1 ਘੰਟੇ ਕੁ ਤਾਂ ਤੁਰ ਪੈਣਾ ਮੈਂ ਹੁਣ। ਚਲ ਫਿਰ ਦੀਦੀ, ਗਰਮੀ ਬੜੀ, ਐਵੇਂ ਨਾ ਜਾਇਓ, ਮੈਂ ਨਿੰਬੂ ਪਾਣੀ ਬਣਾਉਣੀ, ਫਿਰ ਪੀ ਕੇ ਜਾਇਓ। ਚੰਗਾ, ਨਹੀਂ ਨਹੀਂ ਆਹੋ ਕੋਈ ਗੱਲ ਨਹੀਂ ਗੀ, ਤੇ ਤੂੰ ਬਣਾ ਲਾ ਤੇ ਮੈਂ ਤਿਆਰ ਹੋ ਲਾ, ਨਾ ਗਰਮੀ ਬੜੀ। ਨਹੀਂ ਕੋਈ ਨਹੀਂ, ਤੁਸੀਂ ਬਣਾ ਲਾ, ਟੈਨਸ਼ਨ ਨਾ ਲਾਓ, ਤੁਸੀਂ ਮਾਰ ਲੂਣ ਥੋੜਾ ਜਿਹਾ ਵੱਧ ਪਾਵੀਂ, ਗਰਮੀ ਹੈ ਨਾ, ਨਮਕ ਖੰਡ ਭਾਵੇਂ ਘੱਟ ਪਾ ਲਈ, ਨਹੀਂ ਮੈਂ ਲੂਣ ਥੋੜਾ ਜਿਹਾ ਵਧੇਰੇ ਪਾਵੀਂ। ਮਿੱਠਾ ਨਹੀਂ ਇੰਨਾ ਪੀਂਦਾ, ਮਿੱਠੇ ਨੂੰ ਤਾਂ ਅੱਗਿਆਂ ਦੇ 100 ਬਿਮਾਰੀਆਂ ਲੱਗਦੀਆਂ। ਹਾਂ ਹਾਂ, ਮਿੱਠਾ ਨਹੀਂ ਮੈਂ ਇੰਨਾ, ਤੇ ਮੈਂ ਨਿੰਬੂ ਪਾਣੀ ਬਣਾਉਣੀ। ਚਲ ਠੀਕ, ਕੋਈ ਨਹੀਂ, ਬਣਾ ਲਾ ਤੂੰ ਕੁਝ। ਚਲ ਝਾਟੀ ਵਿਚਾਰੀ ਮੰਨ ਗਈ ਆ, ਉਦੋਂ ਵਿਚਾਰੀ ਚੰਗੀ ਤੇ ਬਥੇਰੀ ਅੱਗੇ ਵੀ ਸਾਰਾ ਕੰਮ ਕਰ ਲੈਂਦੀ। ਚਲ ਥੋੜਾ ਬਹੁਤਾ ਕਰਾ ਦਿੰਦੀ, ਨਿਆਣਿਆਂ ਦੇ ਨਾਲ ਔਖਾ ਤੇ ਹੁੰਦਾ ਹੀ ਆ,
ਤੇ ਫਿਰ ਵੀ ਚੱਲ ਮੈਨੂੰ ਪੇਮੈਂਟ ਜਿੰਨੀ ਮਿਲੂ ਮੈਂ ਅੱਧੀ ਵਿੱਚੋਂ ਇਹਨੂੰ ਦਿਆ ਕਰੂੰਗੀ। ਹੈਂ ਇਹੋ ਜਿਹੀਆਂ ਦਰਾਣੀਆਂ ਕਿਤੇ ਲੱਭਦੀਆਂ ਵਾ, ਬਥੇਰੀ ਚੰਗੀ ਆ ਵਿਚਾਰੀ, ਜਿੰਨੇ ਜੋਗੇ ਨਹੀਂ ਸਾਰਾ ਦਿਨ ਲੱਗੀ ਰਹਿੰਦੀ, ਨਹੀਂ ਤੇ ਕਈ ਤਾਂ ਸਰੀਕਾ ਕਰ ਲੈਂਦੀਆਂ ਵੀ ਮੈਂ ਨਾ ਕਰਾਂ ਤੇ ਉਹ ਨਾ ਕਰਾਂ, ਤੇ ਮੈਂ ਜੇ ਹੁਣ ਮੈਂ ਹੀ ਵਿਦਕਰਾ ਰੱਖਾਂ ਵਿੱਚੋਂ ਠੱਗੀ ਠੋਰੀ ਮਾਰਾਂ ਤੇ ਮੇਰੇ ਵਾਸਤੇ ਮਾੜੀ ਗੱਲ ਵਾ। ਮੈਂ ਇਹਦੇ ਵਾਸਤੇ ਲਿਆ ਦਿੰਦੀ ਮੰਗਣ ਦੇ ਕੇਲੇ, ਮੈਂ ਤਿਆਰ ਹੋ ਲਾ ਨਾਲੇ ਇੰਟਰਵਿਊ ਤੋਂ ਹੋ ਆਉਂਦੀ ਹਾਂ, ਨਾਲੇ ਇਹਦੇ ਵਾਸਤੇ ਲੈ ਆਊਂ, ਜੀ ਕਰ ਹੀ ਆਉਂਦਾ ਵਾ ਵਿਚਾਰੀ, ਸਾਰਾ ਦਿਨ ਲੱਗੀ ਰਹਿੰਦੀ ਆ। ਲਿਆ ਮੈਂ ਨਾ ਕੱਢ ਨਾ ਆਵਾਂ ਪਹਿਲਾਂ, ਕੱਪੜੇ ਤਿਆਰ ਹੋ ਲਾ। ਚੱਲ ਦੀਦੀ ਵਿਚਾਰੀ ਨੂੰ ਪਾਣੀ ਬਣਾ ਦੇਵਾਂ, ਨੇ ਗਰਮੀ 'ਚ ਜਾਣਾ ਵਾ, ਗਰਮੀ ਬਹੁਤ ਜ਼ਿਆਦੀ ਆ, ਨਾਲੇ ਆਪ ਘੁੱਟ ਪੀ ਲਾਂਗੀ। ਮੈਂ ਆਖਿਆ ਤਾਂ ਹੈਗਾ, ਮੈਂ ਕਿਹਾ ਦੀਦੀ ਪਾਣੀ ਪੀ ਕੇ ਜਾਇਓ। ਚਲੋ ਚੰਗਾ ਹੀ ਹੋ ਗਿਆ, ਵਿਚਾਰੀ ਦੀ ਨੌਕਰੀ ਲੱਗ ਗਈ ਆ, ਮੈਂ ਐਡੀ ਤਾਂ ਨਹੀਂ ਹੈਗੀ ਵੀ ਸਾਰਾ ਕੁਛ ਆਪ ਹੀ ਰੱਖ ਲਊਗੀ, ਉਹਨੂੰ ਵੀ ਪਤਾ ਹੀ ਆ ਵੀ ਘਰ ਸਾਂਭਦੀ ਆ, ਬਥੇਰਾ ਕਰਦੀ ਉੱਦਾਂ ਮੇਰੇ ਨਾਲ, ਐਡੀ ਨਹੀਂ ਗੱਲ ਆ। ਦੀਦੀ ਕਹਿੰਦੇ ਸੀ ਮਿੱਠਾ ਘੱਟ ਪਾਵੀਂ, ਲੂਣ ਜ਼ਿਆਦਾ ਪਾਵੀਂ, ਨਮਕ ਮੈਂ ਨਮਕ ਪਾ ਦਿੰਦੀ, ਜਿੱਦਾਂ ਦਾ ਉਹਨਾਂ ਨੂੰ ਪਸੰਦ ਹੈ ਉੱਦਾਂ ਦੇ ਬਣਾ ਦਿੰਦੀ ਹਾਂ ਨਾ। ਪੀ ਕੇ ਚੱਲ ਜਾਣਗੇ ਵਿਚਾਰੇ, ਫਿਰ ਰੋਟੀ ਖਾ ਲੈਣਗੇ ਆਣ ਕੇ, ਉਹਨਾਂ ਨੂੰ ਫੁਲਕੇ ਫੁਲਕੇ ਲਾਉਣੀ, ਟਾਈਮ ਤਾਂ ਹੋਇਆ ਹੀ ਪਿਆ ਫੁਲਕਿਆਂ ਦਾ। ਲੂਣ ਪਾ ਦਿੰਦੀ ਥੋੜ੍ਹਾ ਜਿਹਾ, ਪਾਣੀ ਠੰਡਾ, ਪਾਣੀ ਠੰਡਾ, ਆਹੋ ਪਾਣੀ ਠੰਡਾ ਹੀ ਆ, ਇਹ ਪਾ ਦੇਣੀ। ਦੀਦੀ ਹੋ ਗਏ ਜੇ ਤਿਆਰ, ਲਿਆਵਾਂ ਜੇ ਪਾਣੀ ਬਣਾ ਲਿਆ ਮੈਂ, ਪਾਣੀ ਨਾ ਤੂੰ ਨਾ ਬਾਅਦ ਚ ਮੇਰੀ ਨਾ ਗੁੱਤ ਕਰਦੀ ਮਾੜੀ ਜੀ। ਹਾਂਜੀ ਕਰ ਦਿੰਦੀ, ਤੂੰ ਗੁੱਤ ਬਾਹ ਵਧੀਆ ਕਰ ਲੈਂਦੀ ਆ, ਮੇਰੀ ਗੁੱਤ ਕਰਦੀ। ਹਾਂਜੀ ਕਰ ਦਿੰਦੀ, ਦੀਦੀ ਤੁਸੀਂ ਫਰੂਟ ਲਿਆਉਣੇ, ਪੌਣੀਆਂ ਵੀ ਦੋ ਲਿਆਇਓ ਰਸੋਈ ਚ, ਲੈ ਆਵਾਂਗੀ। ਪਾਣੀ ਬਣ ਗਿਆ, ਪਤਾ ਨਹੀਂ ਹੁਣ ਦੀਦੀ ਨੂੰ ਪਸੰਦ ਆ ਜੇ ਕੋਈ ਕਿੱਦਾਂ ਦਾ ਬਣਿਆ, ਆਪਦੇ ਜਾਣੇ ਤੇ ਮੈਂ ਵਧੀਆ ਹੀ ਬਣਾਇਆ। ਹਾਂ ਹੋ ਗਈ ਆ ਬਸ, ਮੈਂ ਕਿਹਾ ਗੁੱਤ ਤੇਰੇ ਕੋ ਕਰਾ ਲੈਨੀ ਆ ਨਾ। ਹਾਂਜੀ ਕੋਈ ਨੀ ਕਰ ਦਿੰਦੀ, ਪਾਣੀ ਪੀ ਲੈ, ਦੱਸਿਓ ਕਿਵੇਂ ਬਣਿਆ, ਪੀ ਲੈ ਤੂੰ ਵੀ। ਹਾਂਜੀ ਪੀਣੀ, ਵਧੀਆ ਬਣਿਆ, ਪਸੰਦ ਤਾਂ ਤੁਹਾਡੀ ਬਹੁਤ ਵਧੀਆ। ਆਹ ਕਿੱਦਾਂ ਲੱਗਾ ਸੂਟ, ਅੱਜ ਵਧੀਆ ਲੱਗੂਗਾ ਦੀਦੀ, ਬਹੁਤ ਸੋਹਣੇ ਲੱਗਣ ਦੇ। ਮੈਂ ਕਿਹਾ ਅੱਜ ਮੈਂ ਕਿਹਾ ਚੱਲ ਇਹ ਪਾ ਜਾਂਦੀ ਇੰਟਰਵਿਊ, ਤੈਨੂੰ ਪਤਾ ਪੜ੍ਹੇ ਲਿਖੇ ਲੋਕ। ਹਾਂਜੀ ਨਹੀਂ ਨਹੀਂ ਵਧੀਆ ਹੀ ਸੂਟ ਪਾ ਕੇ ਜਾਇਆ ਕਰੋਗੇ, ਹੁਣ ਮਾੜੇ ਮੋਟੇ ਥੋੜੀ ਕੀ ਆਖਣਾ ਪੌਣੀਆਂ ਦੋ। ਹਾਂਜੀ ਪੌਣੀਆਂ ਲਈ ਆਏ ਤੇ ਮੈਂ ਕਿਹਾ ਬੱਚਿਆਂ ਲਈ ਖਾਣ ਨੂੰ ਕੁਛ ਲਈ ਆਏ। ਆਹ ਨਹੀਂ ਉਹ ਲਈ ਆਵਾਂਗੀ, ਲਈ ਆਵਾਂਗੀ, ਹੋਰ ਵੀ ਦੱਸ ਦੇ ਜੇ ਕੋ ਮੰਗਾਉਣਾ ਤੇ ਜੇ ਤੂੰ ਕੋ ਖਾਣਾ ਤੇ। ਮੈਂ ਨਹੀਂ ਦੀਦੀ, ਮੈਂ ਅੱਗੇ ਤੁਹਾਡੇ ਸਾਹਮਣੇ ਕਿੰਨਾ ਕੁ ਖਾਣੀ, ਬੱਚਿਆਂ ਜੋਗੇ ਹੀ ਲੈ ਆਇਓ। ਚੱਲ ਕੋਈ ਗੱਲ ਨਹੀਂ, ਹਜੇ ਲੈ ਆਵਾਂਗੀ। ਗੁੱਤ ਕਰਦੀ ਚੰਗਾ ਹੁਣ ਰੱਖਿਆ ਪਾਣੀ, ਦੀਦੀ ਗੁੱਤ ਨਾ ਕਰੋ ਪੋਨੀ ਕਰੋ, ਜਿਵੇਂ ਤੁਹਾਡੇ ਵਾਲ ਲੰਬੇ ਤੁਹਾਨੂੰ ਪੋਨੀ ਬੜੀ ਸੋਹਣੀ ਲੱਗਣੀ, ਨਾਲੇ ਬਾਹਰ ਕੁੜੀਆਂ ਸੋਹਣੀ ਲੱਗਦੀ। ਚਲ ਮੈਂ ਪੋਨੀ ਕਰ ਲੈਣੀ। ਹਾਂ ਨਹੀਂ ਪੋਨੀ ਕਰੋ, ਗੁੱਤ ਨਾ ਕਰੋ, ਲਿਓ ਮੈਂ ਤੁਸੀਂ ਕੰਘੀ ਲੈ ਆਓ, ਮੈਂ ਭਾਂਡੇ ਰੱਖਵਾ ਹੈ, ਫਿਰ ਤੁਸੀਂ ਕਿੰਨਾ ਰੱਖੋ। ਕੋਈ ਨਹੀਂ ਮੈਂ ਨਾ ਕਰਦੀ ਹਾਂ ਨਾ ਚਿਰ। ਹਾਂਜੀ ਤੇ ਮੇਰੇ ਘਰ ਦੇ ਮਾੜੇ ਜਿਹੇ ਪੋਨੀ ਕਰਦੇ, ਤੁਸੀਂ ਆਖਣ ਦੇ ਸੀਗੇ ਆ ਲੈ ਕਰਦੇ, ਬਹਿ ਜਾਓਗੇ ਮਾੜਾ ਜਿਹਾ ਤੁਸੀਂ, ਇੱਦਾਂ ਫਿਰ ਹੋਣੀ ਨਹੀਂ ਚੱਜ ਨਾਲ। ਚਲ ਮੈਂ ਇੱਦਾਂ ਬਹਿ ਜਾਂਦੀ ਕਰਦੇ। ਰਬੜ ਪੈਂਟ ਹੈਗਾ,
ਮੈਨੂੰ ਉੱਪਰ ਪਾਇਆ ਇਹ ਪਾ ਦੇਣਾ, ਇਹ ਪਾ ਲੈਣਾ, ਇਹ ਪਾ ਸੂਟ ਨਾਲ ਦਾ ਪਾਉਂਦੇ ਸਗੋਂ ਇਹ ਨਹੀਂ ਆ, ਚੱਲ ਹੁਣ ਆ ਕੇ ਕੱਢ ਦੇ। ਤੁਹਾਡੇ ਵਾਲ ਕਿੰਨੇ ਸੋਹਣੇ ਆ ਤੇ ਸਗੋਂ ਤੁਸੀਂ ਪੋਨੀ ਕਰੋ, ਨਾਲੇ ਬਾਹਰ ਕੁੜੀਆਂ ਪੋਨੀ ਕਰਕੇ ਜਾਂਦੀਆਂ। ਉਹੀ ਨਾ ਘਰੇ ਚੱਲ ਕਰ ਲਈਦਾ ਵੀ ਚੱਲ ਕੋਈ ਨੀ ਗਰਮੀ ਲੱਗਦੀ ਹੈ। ਹਾਂਜੀ ਮੈਂ ਤੁਹਾਡੀ ਫਿਰ ਉਹਦੇ ਪਕਾਵਾਂ ਜੇ ਤੁਸੀਂ ਆਉਣਾ ਹਨਾ। ਨਹੀਂ ਕੋਈ ਗੱਲ ਨੀ ਤੂੰ ਹੁਣੇ ਪਕਾ ਲਈ, ਨੇਰੀ ਨੂਰੀ ਦਾ ਨੀ ਪਤਾ ਹੁੰਦਾ ਬਾਅਦ ਚ। ਨਹੀਂ ਦੀਦੀ ਠੰਡੀ ਹੋ ਜਾਣੀ ਜੇ। ਨਹੀਂ ਕੋਈ ਗੱਲ ਨੀ ਤੂੰ ਪਕਾ ਕੇ ਰੱਖ ਲਈ, ਟਿੱਬ ਬੰਦ ਕਰ ਲਈ ਨਾ ਡੱਬੇ ਚ। ਅੱਛਾ ਹਾਂ, ਬਸ ਨੇਰੀ ਨੂਰੀ ਦਾ ਨੀ ਪਤਾ, ਤਾਂ ਮੌਸਮ ਨੇਰੀ ਦਾ ਹੋਇਆ ਵਾ ਤੇ ਮੈਨੂੰ ਕਿਤੇ ਕਿੰਨਾ ਟਾਈਮ ਲੱਗ ਜਾਣਾ ਵਾ। ਹਾਂਜੀ ਹਾਂਜੀ ਉਦੋਂ ਭਾਵੇਂ ਗੱਡੀ ਤੇ ਚੱਲ ਜਾਂਦੇ ਨੇ, ਮੈਂ ਫਿਰ ਚਾਹੀਦੀ ਬੱਚਿਆਂ ਨੂੰ ਪਕਾ ਕੇ ਖਵਾ ਦਿੰਨੀ ਆ ਤੇ ਤੁਹਾਡੇ ਹੁਣ ਦੇਖ ਲੂਗੀ ਫਿਰ ਹਿਸਾਬ ਕਿਤਾਬ ਲਾ ਕੇ ਜਿੱਦਾਂ ਵੀ ਹੋਊਗਾ। ਆਹ ਚੱਲ ਤੂੰ ਇਦਾਂ ਕਰ ਲੈ, ਮੈਂ ਤਾਂ ਭਾਂਡੇ ਦੀ ਸਾਫ਼ ਕਰ ਲਾਂ। ਐਨਕ ਵੇਖੀ ਆ ਮੇਰੀ ਇੱਥੇ ਪਈ ਬੜਾ ਫਰਿੱਜ ਤੇ। ਹਾਂਜੀ ਵੇਨੀ ਮਾਰ ਵੇਖੀ ਆ ਦੀਦੀ। ਹਾਂ ਇਹੀ ਲੈ। ਅੱਛਾ ਲੋ ਮੈਂ ਭਾਂਡੇ ਸਾਫ਼ ਕਰ ਲਾਂ ਸੂਈ ਚ। ਹੈ ਕੋਈ ਗੱਲ ਨਹੀਂ ਕਰ, ਮੇਰੇ ਨਾ ਆਪਣਾ ਵੀ ਜੁੱਤੀ ਵੀ ਮਾੜਾ ਜਿਹਾ ਇੱਧਰ ਪਈ ਹੋਣੀ, ਕਵੇਲਾ ਹੁੰਦਾ ਜਾਂਦਾ ਨਾ। ਹਾਂਜੀ ਦੀਦੀ ਆ ਲੋ ਦੀਦੀ ਇਹ ਰੱਖ ਦੋ ਤੁਸੀਂ, ਹੋਰ ਤੇ ਨੀ ਕੋਈ ਚੀਜ਼ ਚਾਹੀਦੀ? ਨਾ ਨਾ ਬਸ ਕਰ ਲਾ ਤੂੰ ਗੱਲ ਨਹੀਂ ਕੰਮ। ਚਲੋ ਮੈਂ ਨਾ ਜਾਵਾਂ ਫਿਰ, ਹੁਣ ਕੋਈ ਲੰਘਦਾ ਜਾਂਦਾ। ਐਕਟਿਵਾ ਕਰਮਾ ਆਪਣੀ ਭਲਾ ਬਾਰੇ ਆ। ਹਾਂਜੀ ਚੱਲ ਚੰਗਾ ਕਰਮੋ, ਬੱਚਿਆਂ ਦਾ ਧਿਆਨ ਰੱਖੀ ਹੁਣ। ਹਾਂਜੀ ਦੀਦੀ ਕੋਈ ਨੀ ਚੱਲ ਜਾਓ। ਚੱਲ ਠੀਕ ਹੈ, ਮੇਰੇ ਇੱਥੇ ਨਾ ਇੱਕ ਹੰਕੀ ਦੂਜੇ ਪਰਸ ਚੁਣਾ, ਚੱਲ ਕੋਈ ਨੀ ਮੈਂ ਵੇਖ ਲੈਣੀ ਉੱਥੇ ਨਵਾਂ। ਹਾਂਜੀ ਕੋਈ ਕੋਈ ਗੱਲ ਨੀ, ਤੂੰ ਰੱਖੀ ਹੁਣ ਚੰਗਾ ਬੱਚਿਆਂ ਦਾ ਧਿਆਨ, ਧਿਆਨ ਨਾਲ ਜਾਇਓ, ਧਿਆਨ ਨਾਲ ਆਇਓ। ਹਾਂ ਹਾਂ ਨਹੀਂ ਬਸ ਮੈਂ ਆ ਜਾਣਾ ਜਲਦੀ, ਆਉਣ ਜਾਣ ਹੀ ਕਰਨਾ ਵਾ। ਨਹੀਂ ਪਤਾ ਕੀ ਐਕਟਿਵਾ ਜ਼ਿਆਦਾ ਤੇਜ਼ ਨਾ ਚਲਾਇਓ, ਆਪਾਂ ਲੋਕੀ ਤੇ ਵੇਹਦੇ ਵੁੰਦੇ ਨੀ ਗੇ। ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨੀ, ਠੀਕ ਆ ਚਲੋ। ਐਕਟਿਵਾ ਨੀ ਹੈਗੀ ਕਰਮੋ? ਹਾਂਜੀ ਦੀਦੀ ਐਕਟਿਵਾ ਨੀ ਹੈਗੀ, ਮੈਂ ਆਖ ਨਹੀਂ ਬਜਵੇਲੀ ਉਹ ਫਿਰ ਭਾਜੀ ਨੇ ਲਾਤੀ ਹੋਣੀ ਬੇਲੀ। ਚੱਲ ਕੋਈ ਨੀ ਫਿਰ ਮੈਂ ਬੇਲੀ ਨੂੰ ਲੈ ਲੈਣੀ ਹੁਣ, ਫਿਰ ਏਡੀ ਦੂਰ ਲੈ ਕੇ ਆਉਣਗੇ। ਮੈਂ ਕੋਈ ਮੈਂ ਇੱਥੇ ਲਿਆਵਾਂ ਫਿਰ? ਨਹੀਂ ਨਹੀਂ ਕੋਈ ਨੀ ਮੈਂ ਲੈ ਲੈਣੀ, ਬੇਲੀ ਨੂੰ ਲੈ ਲੈਣੀ। ਅੱਛਾ ਲੱਗੀ ਤੇ ਹੈਗਾ ਕੋਈ ਗੱਲ ਦੀਦੀ, ਮੈਂ ਫੁਲਕਾ ਪਕਾਉਣ ਲੱਗੀ ਸੀਗੀ, ਖਾ ਜਾਂਦੇ ਇੱਕ ਅੱਧਾ। ਨਹੀਂ ਨਹੀਂ ਫੁਲਕਾ ਮੈਂ ਆ ਕੇ ਖਾਊਂ, ਹੁਣ ਲੇਟ ਹੋ ਜਾਣਾ ਨਾ ਤੈਨੂੰ ਪਤਾ। ਆ ਕਰ ਲੈ ਗੇਟ ਬੰਦ, ਨਿਆਣੇ ਨਾ ਬਾਹਰ ਜਾਣਗੇ। ਕੋਈ ਨੀ ਮੈਂ ਕਰ ਲਈ, ਆਹੋ ਧਿਆਨ ਨਾਲ ਚੰਗਾ, ਫਿਰ ਦੋਵੇਂ ਕੰਮ ਤੈਨੂੰ ਪੈ ਜਾਣੇ, ਨਿਆਣਿਆਂ ਦਾ ਵੀ ਧਿਆਨ ਰੱਖਣਾ ਪੈਣਾ। ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਵਧੀਆ ਜਾਇਓ। ਹਾਂ ਹਾਂ ਨਹੀਂ ਕੋਈ ਗੱਲ ਨੀ। ਚੱਲ ਦੀਦੀ ਚੱਲ ਗਈ ਆ, ਮੈਂ ਹੁਣ ਫੁਲਕੇ ਫੁਲਕੇ ਪਕਾਉਣਾ, ਫੁਲਕਿਆਂ ਦਾ ਕੰਮ ਕਰ ਲਾ। ਚੱਲ ਮੈਂ ਨਾ ਫੁਲਕੇ ਪਕਾਉਣਾ, ਟਾਈਮ ਬੜਾ ਹੁੰਦਾ ਜਾਂਦਾ, ਦੀਦੀ ਵੀ ਆਉਣ ਵਾਲੇ ਨੇ, ਫਿਰ ਆ ਕੇ ਉਹਨਾਂ ਫਿਰ ਰੋਟੀ ਖਾਣੀ, ਬੱਚਿਆਂ ਨੂੰ ਉਹਨਾਂ ਚਿਰ ਖਵਾ ਦਿੰਦੀ ਹਾਂ। ਆਵੇ ਤਵਾ ਤੇ ਮੇਰਾ ਤਾਪ ਵੀ ਗਿਆ ਵਾ। ਹਾਂਜੀ ਦੀਦੀ ਨੇ ਭੁੱਖ ਲੱਗੀ ਹੋਣੀ ਵਿਚਾਰੀ, ਕਦੇ ਦੀ ਗਈ ਆ ਤੇ ਉਹਨੇ ਆ ਕੇ ਰੋਟੀ ਖਾਣੀ।
ਤਵਾ ਨਾ ਮੇਰਾ ਕਦੇ ਦਾ ਧਰਿਆ ਤੇ ਤਾਪ ਗਿਆ ਵਾ। ਕੀ ਕਰਨ ਦੇ ਕਰਮੋ? ਆ ਗਏ ਦੀਦੀ। ਹਾਂ ਆ ਗਏ, ਫੁਲਕੇ ਪਕਾਉਣ ਦੇ ਹਾਂ। ਅੱਛਾ ਪਕਾਉਣ ਦੇ ਹੀ? ਪਾਣੀ ਦੇਵਾਂ ਦੀਦੀ? ਨਾ ਨਾ ਮੈਂ ਕੋਈ ਨਹੀਂ, ਤੂੰ ਪਕਾ ਲਾ, ਮੈਂ ਪੀ ਲਈ। ਮੈਂ ਦੇ ਦੇਣੀ ਪਹਿਲਾਂ ਪਾਣੀ? ਨਹੀਂ ਕੋਈ ਗੱਲ ਨਹੀਂ ਗੀ, ਤੇ ਨਾਲੇ ਬਾਅਦ ਚ ਚੱਲ ਮੈਂ ਰੋਟੀ ਸਾਰਿਆਂ ਨੇ ਖਾ ਲਈ, ਫਿਰ ਆਪਣੀ ਪਾ ਲਿਆ। ਖਾ ਲਿਆ? ਆਹੋ ਆਪਣੀ ਪਾ ਲਿਆ, ਕੋਈ ਗੱਲ ਨਹੀਂ, ਮੈਂ ਕੱਪੜੇ ਚੇਂਜ ਕਰ ਲਾਂ। ਹਾਂਜੀ ਕਰ ਲਓ, ਕੱਪੜੇ ਚੇਂਜ ਕਰਕੇ ਫਿਰ ਖਾਂਦੀ ਆਪਾਂ। ਠੀਕ ਕਰ ਲਓ। ਹਾਂ ਚੱਲ ਕੋਈ ਨਹੀਂ, ਫਿਰ ਮੈਂ ਘਰ ਦਾ ਰੱਖ ਲਾਂ ਸਮਾਨ। ਲੈ ਆਈ ਹੈ ਜੋ ਜੋ ਮੰਗਾਇਆ ਤੂੰ। ਠੀਕ ਆ, ਰੱਖ ਉੱਥੇ ਫਿਰ। ਬਹੁਤ ਗਰਮੀ ਹੈ, ਬਹੁਤ ਜ਼ਿਆਦਾ ਗਰਮੀ ਇੱਕਦਮ। ਮੈਂ ਪਾਣੀ ਪੀ ਲਾਂ, ਸਮਾਨ ਰੱਖ ਲਿਆ ਨਿਆਣਿਆਂ ਦਾ ਸਾਰਾ, ਲੈ ਲੈਂਦੇ ਕੁਰਕਰੇ ਵੀ। ਚੱਲ ਮੈਂ ਕੋਈ ਨਹੀਂ, ਤੂੰ ਫਿਰ ਹਟ ਗਈ, ਮੈਂ ਪਕਾ ਲੈਂਦੀ ਕੋਈ ਨਹੀਂ। ਅੱਛਾ ਪੱਕ ਗਿਆ, ਸਾਰੇ ਬੱਚਿਆਂ ਖਾ ਲਈਆਂ, ਸਤਾਇਆ ਤਾਂ ਨਹੀਂ ਜ਼ਿਆਦਾ ਨਿਆਣਿਆਂ ਨੇ? ਬੱਚੇ ਫਿਰ ਦੀਦੀ ਸਤਾਉਂਦੇ ਹੀ ਆ, ਕੋਈ ਨਹੀਂ ਮੈਂ ਸਾਂਭ ਸੁੱਖ ਲਏ। ਅੱਛਾ ਅੱਛਾ ਹਾਂਜੀ, ਰੋਟੀ ਵੀ ਪਕਾ ਲਈਆਂ ਮੈਂ, ਬਸ ਹੁਣ ਆਪਾਂ ਰੋਟੀ ਖਾਣ ਵਾਲੇ, ਤੁਹਾਨੂੰ ਮੈਂ ਲਿਆ ਦੇਣੀ, ਫਿਰ ਮੈਂ ਖਾ ਲੂੰਗੀ। ਕੋਈ ਨਹੀਂ, ਆਪਣੀ ਇਕੱਠੀਆਂ ਦੀ ਪਾ ਲਿਆ ਵੀ, ਕਰ ਲਾ ਤੂੰ, ਗਰਮੀ ਬੜੀ ਆ। ਹਾਂਜੀ ਗਰਮੀ ਬੜੀ ਪੈਣ ਦਈ ਆ, ਤੇ ਕੱਲੀ ਨੂੰ ਮੈਂ ਅੱਗੇ ਆਖਣ ਦੀ ਵੀ ਇੱਦਾਂ ਜਾਣਾ ਹੀ ਔਖਾ ਹੋ ਜਾਂਦਾ, ਤੇ ਕੰਮ ਕਰਨਾ ਘਰੇ ਕਿੱਡਾ ਔਖਾ ਹੋ ਜਾਂਦਾ। ਹਾਂਜੀ ਕੋਈ ਨਹੀਂ ਦੀਦੀ, ਸਰੀ ਜਾਂਦਾ ਗਰਮੀ ਦੇ, ਫਿਰ ਹੁਣ ਗਰਮੀ ਦੇ ਦੇਣਾ, ਗਰਮੀ ਪੈਣੀ ਆ। ਤੇ ਦੀਦੀ ਕਿੱਦਾਂ? ਬਹੁਤ ਵਧੀਆ ਇੰਟਰਵਿਊ, ਵਧੀਆ ਰਹੀ ਆ। ਸਵੇਰ ਤੋਂ ਜਾਣਾ ਮੈਂ ਕੰਮ ਤੇ, ਜਾਇਆ ਕਰੂ ਸਵੇਰ ਤੋਂ। ਅੱਛਾ ਅੱਛਾ, ਤੇ ਵਧੀਆ ਸਾਰਾ ਕੰਮ, ਵਧੀਆ ਤਨਖਾਹ ਵੀ ਵਧੀਆ ਕਰਨਾ। ਟਾਈਮ ਨਾਲ 7 ਵਜੇ ਨਾਲ ਤੁਰਨਾ ਹੀ ਪਿਆ ਕਰਨਾ, 6 ਵਜੇ ਕੁੱਤੇ। ਹਾਂ ਕੋਈ ਨਹੀਂ, ਥੋੜਾ ਬਾਤ ਤੜਕੇ ਤੜਕੇ ਕਰਾ ਦੂੰ, ਥੋੜਾ ਬਾਤ ਨਾਲ ਤੇ। ਨਹੀਂ ਨਹੀਂ, ਕੰਮ ਦੀ ਨਾ ਟੈਨਸ਼ਨ ਲਓ, ਮੈਂ ਤੁਹਾਨੂੰ ਤੜਕੇ ਟਿਫਨ ਤਿਆਰ ਕਰ ਦਿਆ ਕਰੂੰਗੀ, ਤੁਸੀਂ ਲੈ ਜਾਇਆ ਕਰੋ। ਹਾਂ ਚੱਲ ਸ਼ਾਮ ਦਾ ਮੈਂ ਆ ਜਾਇਆ ਕਰਨਾ, 2 ਵਜੇ ਸ਼ਾਮ ਦਾ ਆਪਾਂ ਰਲ ਕੇ ਕਰ ਲਿਆ ਕਰਾਂ। ਹਾਂਜੀ, ਤੇ ਤਨਖਾਹ ਤਰਖੋ ਵਧੀਆ ਦੇ, ਵਧੀਆ ਤਨਖਾਹ, ਕੋਈ ਗੱਲ ਨਹੀਂ, ਆਪਣੇ ਕਰਮ ਮਹਾਰਾਜ ਨੇ ਕਿਰਪਾ ਕੀਤੀ ਆ। ਹੁਣ ਤੈਨੂੰ ਸੂਟ ਇੱਕ ਕੰਮ ਵਾਲੀ ਰੱਖ ਕੇ ਦਊ ਨਾਲ, ਫਿਰ ਵੀ ਕੱਲੀ ਨੂੰ ਇੰਨਾ ਕੰਮ ਥੋੜੀ ਹੁੰਦਾ ਵਾ। ਚਲੋ ਵੇਖ ਲਈ, ਇੱਕ ਕੰਮ ਵਾਲੀ ਰੱਖ ਲਾਂਗੇ ਆਪਾਂ। ਹਾਂ ਤੇ ਨਾਲੇ ਲੀੜਾ ਲੱਤਾ ਵਧੀਆ ਰੋਟੀ ਪਾਣੀ ਤੇ ਕਰੀ ਜਾਣਾ ਵਾ, ਬਸ ਇਹ ਵੀ ਸਫਾਈਆਂ ਸਪੀਆਂ ਵਾਲੀ ਚੱਲ ਲਾ। ਹਾਂ ਸਫਾਈਆਂ ਵਾਲੀ, ਝਾੜ ਪੋਚੇ ਵਾਲੀ ਲਾ ਲੈਂਦੀ ਆ, ਵੀ ਉਹਨੇ ਜੇ ਲੱਭਦੇ ਟਾਈਮ ਲੈ, ਪਹਿਲੀ ਤਨਖਾਹ ਲੈਂਦੇ ਨਾ। ਨਹੀਂ ਨਹੀਂ ਕੋਈ ਨਹੀਂ, ਤਨਖਾਹ ਤੋਂ ਹਾਂ ਪਰ ਰੱਖ ਲੈਣੀ ਦੀਦੀ। ਕੋਈ ਨਹੀਂ, ਮੈਂ ਤੰਗ ਨਹੀਂ ਕਰਨਾ ਹੈਗਾ, ਕੋਈ ਨਹੀਂ, ਮੈਂ ਕੰਮ ਜਿੰਨਾ ਚਿਰ ਨਹੀਂ ਲੱਭਦੀ ਸਰੀ ਜਾਂਦਾ। ਨਹੀਂ ਨਹੀਂ ਕੋਈ ਕਰ ਦੇ ਸਹੀ, ਉਹੀ ਨਾ ਵੀ ਇੱਦਾਂ ਚੱਲ ਭੈਣਾ ਤੇਰਾ ਟਾਈਮ ਲੰਘਦਾ, ਨਹੀਂ ਤਾਂ ਕਈਆਂ ਘਰਾਂ 'ਚ ਨਹੀਂ ਲੰਘਦਾ। ਚੱਲ ਇਹਦਾ ਜਾਂ ਸੌਖੀ ਹੋ ਜਾਂਦੀ ਥੋੜੀ ਜਿਹੀ, ਚੱਲ ਇਕੱਲੇ ਬੰਦੇ ਦੀ ਵੀ ਕਿਹੜੀ ਨੌਕਰੀ ਕੀਤੀ ਜਾਂਦੀ ਹੈ। ਨਹੀਂ ਨਹੀਂ ਕੋਈ ਨਹੀਂ ਦੀਦੀ, ਤੁਸੀਂ ਟੈਨਸ਼ਨ, ਘਰ ਦੀ ਟੈਨਸ਼ਨ ਛੱਡ ਦਿਓ, ਆਪਣੇ ਕੰਮ ਵੱਲ ਧਿਆਨ ਦਿਓ, ਉੱਥੋਂ ਨਾ ਕੋਈ ਲਾਮਾ ਤੁਹਾਨੂੰ ਆਵੇ, ਹਨਾ। ਹਾਂ ਚੱਲ ਮੈਂ ਨਾ ਕੱਪੜੇ ਚੇਂਜ ਕਰ ਲਾਂ, ਕਰ ਲਓ ਕਰ ਲਾ, ਬਾਅਦ 'ਚ ਤੂੰ ਹਨੇਰੀ ਜਿਹਦਾ ਮੌਸਮ ਵੀ ਮੈਂ ਵੇਖਣ ਦੀ ਚੜਿਆ ਪਿਆ, ਮੈਂ ਰੋਟੀ ਪਾ ਲਿਆ, ਸਮਾਨ ਜਿਹੜਾ ਜਿਹੜਾ ਤੂੰ ਆਖਿਆ ਵਾ ਬਾਅਦ 'ਚ ਆਪਾਂ ਵੇਖ ਲਾਂਗੇ, ਮੈਂ ਲੈ ਆਉਂਦੀ, ਤੂੰ ਵੀ ਲੈ ਆਉਂਦੀ। ਕੋਈ ਨਹੀਂ, ਬਾਅਦ 'ਚ ਕੱਢ ਲੈਂਦੇ। ਚੱਲ ਬੱਚੇ ਵੀ ਖੇਡਣ ਗਏ, ਧਿਆਨ ਨਹੀਂ ਲੱਗੇ। ਅੱਛਾ ਅੱਛਾ ਚੱਲ ਕੋਈ ਨਹੀਂ।